ਦੇ ਵਾਸਤੇ ਜਿਹੜੀ ਹੈ ਉਹ ਸ਼ਹਾਦਤ ਦਾ ਜਾਂ ਕਰਦਾ ਪਰਸਨ ਖਰੀਦ ਦੇ ਨਾਲ ਵੈਕਸੀਨ ਖਰੀਦੀ ਸੀ ਨਹੀਂ ਉਹ ਗੁਰਦਾਸਪੁਰ ਦੇਖੋ ਸਾਡਾ ਚਾਚਾ ਜੀ ਸੰਘਰਸ਼ ਕਮੇਟੀ ਬਾਬਾ ਨਾਮਦੇਵ ਜੀ ਦੇ ਨਾਲ ਗਿਆ ਸੀਗਾ 14 ਤਰੀਕ ਨੂੰ ਉੱਥੇ ਬਾਰਡਰ 'ਤੇ ਪਹੁੰਚੇ ਆ ਹਰਿਆਣਾ ਸਰਕਾਰ ਨੇ ਜਿਹੜੇ ਅੱਧਰੂ ਪਟਿਆਲੇ ਲੈ ਗਏ ਉੱਥੇ ਸੁਬਹਾ 5 ਵਜੇ ਉਹਨਾਂ ਦੀ ਡੈਥ ਹੋ ਗਈ ਸਾਨੂੰ ਉਹਨਾਂ 'ਤੇ ਬਹੁਤ ਮਾਣ ਆ ਅਸੀਂ ਜਿੰਦਾ ਜਾਮ ਪੀ ਗਏ ਲਾਈਏ ਇਕੱਠੇ ਉਦੋਂ ਵੀ 15 ਦਿਨ ਉੱਥੇ ਲਾ ਕੇ ਆਏ ਉਦੋਂ ਵੀ ਸਰਪੰਚ ਹੀ ਸਾਡੇ ਪਿੰਡ ਦਾ ਜਗਵੀਰ ਸਿੰਘ ਉਹ ਨਾਲ ਲੈ ਕੇ ਲੱਗਦਾ ਸੀ ਇਹਨਾਂ ਦੇ ਆਥਰੂ ਗੈਸ ਦੇ ਗੋਲੇ ਜਦੋਂ ਚਲਾਏ ਉਹਨਾਂ 'ਤੇ ਬਹੁਤ ਇਹਨਾਂ ਨੂੰ ਸਾਹ ਜੀ ਦੀ ਪ੍ਰੋਬਲਮ ਆਈ ਅਤੇ ਨਿੱਜੀ ਹੋਸਪਿਟਲ ਦਾਖਲ ਕਰਵਾਇਆ ਸੀ ਪਰ ਉੱਥੇ ਫਰਕ ਨਹੀਂ ਪਿਆ ਨਹੀਂ ਬਾਅਦ 'ਚ ਰਜਿੰਦਰਾ ਲੈ ਗਏ ਸੀ ਰਾਤ ਦੇ ਸਾਡਾ ਸਰਪੰਚ ਪਿੰਡੋਂ ਸੀ ਉਹ ਨਾਲ ਹੀ ਇਹਨੂੰ ਰੱਖਦੇ ਨਾਲ ਹੀ ਲੈ ਕੇ ਗਏ ਸੀ ਜਗਦੀਪ ਸਿੰਘ ਸਰਪੰਚ ਹਾਂਜੀ 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 ਸਵੇਰੇ ਸਾਨੂੰ ਫੋਨ ਆਇਆ 6 ਵਜੇ ਵੀ ਜ਼ਿਆਦਾ ਹਾਲਤ ਵਿਗੜ ਗਈ ਆ ਅਤੇ ਬਾਅਦ ਦੇ ਵਿੱਚ 1/2 ਘੰਟੇ ਬਾਅਦ ਫੋਨ ਆ ਗਿਆ ਵੀ ਨਹੀਂ ਉਹਨਾਂ ਦੀ ਮੌਤ ਹੋ ਗਈ ਹਾਂਜੀ 70 ਸਾਲ ਦੇ ਉੜ ਗਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤਸਮੀਰ ਸਿੰਘ ਨਾਂ ਸੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚਾਲੇ ਪਾਏ ਸੀ ਉਹ ਬਾਰਡਰ ਸੰਭੂ 'ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾ ਤੇ ਉਹਨਾਂ ਕੂਚ ਕਰਨਾ ਸੀ ਦਿੱਲੀ ਨੂੰ ਉੱਥੇ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਨਿੱਜੀ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ 'ਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸੁਬਹਾ ਸ਼ਹੀਦੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪਰ ਇੱਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਬਣਾ ਤਾ ਅਥਰੂ ਗੈਸ ਦੇ ਗੋਲੇ ਸੁੱਟ ਸੁੱਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸ਼ਹੀਦੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸ਼ਹੀਦੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਗਏ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ 'ਚ ਉਹਨਾਂ ਦਾ ਅਸੀਂ ਉਹਨਾਂ ਦੇ ਭਤੀਜੇ ਹਾਂ ਅਤੇ ਸਾਡੇ ਪਿਤਾ ਜੀ ਦੀ ਡੈਥ ਹੋ ਗਈ ਹੈ ਇੱਕ ਉਹਨਾਂ ਦਾ ਛੋਟਾ ਭਰਾ ਵਾ ਅਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਨਾਲ ਜਾਂਦੇ ਸੀ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਅਥਰੂ ਗੈਸ ਕਾਰਨ ਹੋਈ ਆ ਡੈਡ ਬੋਡੀ ਇਹਨਾਂ ਦੀ ਕੱਲ੍ਹ ਤੱਕ ਸੈਂਦ ਆਊਗੀ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਪ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇੱਥੋਂ 11 ਤਰੀਕ ਤੋਂ ਗਏ ਸੀਗੇ
ਕੀ ਮੰਗ ਕੀ ਕਰਦੇ ਤੁਸੀਂ ਸਰਕਾਰ ਤੋਂ? ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ, ਅਤੇ ਬਹੁਤ ਘਰੋਂ ਮਾਤੜ ਆ, ਜ਼ਮੀਨ ਬਹੁਤ ਘੱਟ ਵਾ, ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਹਾਂ ਆਉਂਦਾ ਸੀਗਾ, ਬਹੁਤ ਮੰਦੇ ਹਾਲ ਕਰਦੇ, ਤੁਸੀਂ ਵੇਖ ਹੀ ਲਏ। ਪਿਛਲੇ ਅੰਦੋਲਨ 'ਚ ਵੀ ਗਏ ਸੀ? ਬਹੁਤ, ਦਿੱਲੀ ਵੀ ਜਾ ਕੇ ਆਏ ਆ, ਜਿੱਥੇ ਅੰਦੋਲਨ ਹੁੰਦਾ ਉੱਥੇ ਜਾਂਦੇ ਸੀਗੇ। ਅੰਦੋਲਨ ਵਾਲੇ ਸਰਕਾਰ ਨੂੰ ਕੀ ਕਹਿੰਦੇ? ਅੰਦੋਲਨ ਵਾਸਤੇ ਇਹੋ ਹੀ ਆ ਵੀ ਖਤਮ ਕਰੇ, ਕਿਸਾਨਾਂ ਦੀਆਂ ਮੰਗਾਂ ਮੰਨ ਲਏ। ਇੱਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ, ਕਈ ਜ਼ਖਮੀ ਹੋ ਗਏ ਆ, ਕਈਆਂ ਦੀ ਡੈਥ ਹੋ ਰਹੀ ਆ, ਸ਼ਹੀਦੀ ਦਾ ਜਾਮ ਪੀ ਰਹੇ ਆ। ਸਾਨੂੰ ਕੱਲ੍ਹ ਦਾ ਸਰਪੰਚ ਨੇ ਫੋਨ ਕੀਤਾ ਸੀ, ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਅਤ ਖਰਾਬ ਹੋ ਗਈ, ਉਹਨਾਂ ਨੇ ਉੱਥੇ ਨਿੱਜੀ ਹੋਸਪਿਟਲ ਲੈ ਕੇ ਗਏ ਸੀ, ਪਰ ਉਹਨਾਂ ਦੀ ਜ਼ਿਆਦਾ ਤਬੀਅਤ ਵਿਗੜਦੀ ਗਈ, ਅਤੇ ਸੁਬਹਾ 5 ਵਜੇ ਉਹ ਸ਼ਹੀਦੀ ਦਾ ਜਾਮ ਪੀ ਗਿਆ ਰਜਿੰਦਰਾ ਹੋਸਪਿਟਲ ਜਾ ਕੇ। ਮੇਰਾ ਭਰਾ ਸੀ, ਡੈਥ ਹੋਈ ਇੱਦਾਂ ਗਿਆ ਸੀ ਨਾਲ, ਬਾਹਰਲੇ ਗੋਲੇ ਗਾਲੇ ਛੁੱਟਿਆਂ ਦਾ, ਉਹਨਾਂ ਦੀ ਡੈਥ ਹੋ ਗਈ ਆ। ਕਿਸਾਨੀ ਦੇ ਅੰਦੋਲਨ 'ਚ ਗਿਆ ਹੈ? ਤੁਹਾਡੇ ਤੋਂ ਵੱਡੇ ਕਿ ਛੋਟੇ? ਨਹੀਂ ਵੱਡੇ ਸੀ, ਵੱਡੇ, ਅਤੇ ਉਹਨਾਂ ਦੀ ਇਸ ਕਰਕੇ ਮੌਤ ਹੋ ਗਈ। ਕੀ ਮੰਗ ਕੀ ਕਰਦੇ ਸਰਕਾਰ ਤੋਂ? ਮੰਗ ਇਹੋ ਜਿਹੀ, ਗਰੀਬੀ ਤੌਰ 'ਤੇ ਅਸੀਂ ਕਹਿੰਦੇ ਹਾਂ ਵੀ ਕੁਛ ਨਾ ਕੁਛ ਮਿਲੇ। ਕਿੰਨੇ ਕੁ ਜੋ ਚਿਰ ਤੋਂ ਜੁੜੇ ਸੀ ਸੰਘਰਸ਼ ਕਮੇਟੀ ਨਾਲ? ਅਸੀਂ ਜੀ ਜਦੋਂ ਆਉਂਦਾ ਸੀ ਉਦੋਂ ਚੱਲ ਜਾਈਦੇ ਸਰਪੰਚ ਸਾਹਿਬ। ਅਤੇ ਪਿਛਲੇ ਅੰਦੋਲਨ 'ਚ ਗਏ? ਪਿਛਲੇ 'ਚ ਵੀ ਜਾਂਦੇ ਰਹੇ ਆ, ਉਦੋਂ ਪਿਛਲਿਆਂ 'ਚ ਵੀ ਜਾਂਦੇ ਆ, ਅਤੇ ਜਦੋਂ ਉਹਨੇ ਆਵਾਜ਼ ਮਾਰਨੀ ਉਦੋਂ ਅਸੀਂ ਜਾਣਾ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ ਹੋਣੀ ਆ 76-75। ਹਾਂਜੀ, ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਡੈਥ ਹੋ ਗਿਆ, ਫੋਨ ਆਏ, ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ, ਸਵੇਰੇ। ਹਾਂਜੀ, ਜਗਿੰਦਰ ਸਿੰਘ।